ਇਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਹੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਆ ਮਲੋਟ ਦੱਸਣਾ ਚਾਹੁੰਦਾ ਕਿ ਅੱਜ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਕਾਨਫਰੰਸ ਬੁਲਾਈ ਜਾ ਰਹੀ ਹੈ ਔਰ ਕਾਨਫਰੰਸ ਹੋ ਰਹੀ ਹੈ ਬਠਿੰਡਾ ਦੇ ਵਿੱਚ ਉਸ ਕਾਨਫਰੰਸ ਦਾ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕੀ ਫਰਕ ਪੈ ਸਕਦਾ ਔਰ ਕਿਸੇ ਨੂੰ ਕੀ ਲਾਭ ਹੋ ਸਕਦਾ ਤੇ ਕਿਸੇ ਨੂੰ ਕੀ ਨੁਕਸਾਨ ਹੋ ਸਕਦਾ ਜੇ ਆਪਾਂ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਥਾਪੇ ਗਏ ਸਿਪਾਹੀ ਸੀ ਵਿਰੋਧੀ ਧਿਰ ਦੇ ਨੇਤਾ ਲੇਕਿਨ ਕੁਛ ਕਾਰਨਾਂ ਕਰਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਕੁਰਸੀ ਤੋਂ ਲਾਂਭੇ ਕਰ ਦਿੱਤਾ ਹੈ ਔਰ ਹਰਪ੍ਰੀਤ ਸਿੰਘ ਚੀਮਾ ਨੂੰ ਉਹਨਾਂ ਦੀ ਕੁਰਸੀ 'ਤੇ ਬਿਠਾ ਦਿੱਤਾ ਹਾਲਾਂਕਿ ਸ਼ੁਰੂ ਦੇ ਵਿੱਚ ਚੀਮਾ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਇੱਕ ਗੱਲ ਖਹਿਰਾ ਸਾਹਿਬ ਦੇ ਕੋਲੋਂ ਪੁੱਛ ਕੇ ਭਵਿੱਖ ਵਿੱਚ ਚੱਲਾਂਗੇ ਲੇਕਿਨ ਉਹ ਸਾਰਾ ਇੱਕ ਰਾਜਨੀਤਿਕ ਡਰਾਮਾ ਸੀ ਲੇਕਿਨ ਮੇਰੇ ਨਾਲ ਸਾਡੇ ਬਹੁਤ ਹੀ ਰਿਸਪੈਕਟਡ ਸਰਦਾਰ ਜਸਵੰਤ ਸਿੰਘ ਸੰਧੂ ਸਾਹਿਬ ਜੋ ਕਿ NRI ਨੇ ਉਹ ਜੁੜੇ ਨੇ ਜੋ ਕਾਫੀ ਰਾਜਨੀਤੀ ਦੇ ਨਾਲ ਉਹ ਵੀ ਜੁੜਦੇ ਰਹਿੰਦੇ ਨੇ ਔਰ ਖਾਸ ਕਰਕੇ ਹਰ ਇੱਕ ਪਾਰਟੀ ਬਾਰੇ ਬਾਖੂਬੀ ਜਾਣਦੇ ਨੇ ਕਿ ਉਹਨਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਦਾ ਜਿਹੜਾ ਕਲੇਸ਼ ਹੈ ਇਹ ਕਿੱਥੇ ਖਤਮ ਹੋਏਗਾ ਔਰ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦਾ ਗਰਾਫ ਹੈ ਇਹ ਆਉਣ ਵਾਲੇ ਸਮੇਂ ਵਿੱਚ ਕਿੱਥੇ ਜਾਏਗਾ ਸੰਧੂ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਥੈਂਕ ਯੂ ਜੀ ਸ਼ੁਕਰੀਆ ਬਹੁਤ ਬਹੁਤ ਅੱਜ ਬਠਿੰਡਾ ਵਿੱਚ ਮਤਲਬ ਤੁਹਾਡੇ ਗੁਆਂਢ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਾਹਿਬ ਵੱਲੋਂ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਦਾ ਮਕਸਦ ਕੀ ਹੈ ਦੇਖੋ ਜੀ ਗੱਲ ਆ ਉਸ ਬੰਦੇ ਨੂੰ ਬੇਇੱਜ਼ਤ ਕੀਤਾ ਗਿਆ ਤੇ ਜਦੋਂ ਉਹਨੂੰ ਬੇਇੱਜ਼ਤ ਕੀਤਾ ਗਿਆ ਉਹਨੇ ਫਿਰ ਕੁਛ ਨਾ ਕੁਛ ਤਾਂ ਆਪਣਾ ਵਿਖਾਉਣਾ ਹੀ ਆ ਨਾ ਜੀ ਇਹ ਜਿਹੜੀ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਪਾਰਟੀ ਆਪਦੀ ਪਹਿਲਾਂ ਵੀ ਫੇਰੂ ਫਿਰੂ ਕੀਤੀ ਤੇ ਹੁਣ ਵੀ ਉਹਨੇ ਕਰ ਦੇਣੀ ਆ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ MLA ਚੁਣੇ ਔਰ ਪੰਜਾਬ ਦੇ ਵਿੱਚੋਂ ਮਤਲਬ ਪਹਿਲੀ ਵਾਰੀ ਪਾਰਟੀ ਆਈ ਉਹ ਵੀ ਦੂਸਰੇ ਨੰਬਰ ਤੇ ਆਈ ਹੈ ਮਤਲਬ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਨੇ ਤਾਂ ਵਿਸ਼ਵਾਸ ਪ੍ਰਗਟ ਕੀਤਾ ਪਹਿਲਾਂ ਤਾਂ ਇਹਨਾਂ ਨੇ ਪਹਿਲਾਂ ਬਦਲ ਕੇ ਇਹਨਾਂ ਨੇ ਆਪਦਾ ਸਾਰਾ ਕੁਛ ਗੁਆਇਆ ਨਹੀਂ ਤੇ ਸਰਕਾਰ ਹੀ ਇਹਨਾਂ ਦੀ ਬਣਨੀ ਸੀ ਹੁਣ ਇਹਨਾਂ ਨੇ ਰਹਿੰਦੀ ਖੂੰਹਦੀ ਕਸਰ ਵੀ ਦਿੱਲੀ ਵਾਲੇ ਨੇ ਖਹਿਰਾ ਸਾਹਿਬ ਨੂੰ ਲਾਂਭੇ ਕਰਕੇ ਕੱਢ ਦਿੱਤੀ ਆ ਤੇ ਮੈਂ ਤਾਂ ਸਮਝਦਾ ਵੀ ਇਹ ਹੁਣ ਬਿਲਕੁਲ ਗਲਤ ਕਰ ਬੈਠੇ ਆ ਬਾਕੀ ਇਹਦੇ ਵਿੱਚ ਐਡੇ ਐਡੇ ਸਿਆਣੇ ਬੰਦੇ ਸੰਧੂ ਸਾਹਿਬ ਕੋਲ ਸੰਧੂ ਸਾਹਿਬ ਵਰਗੇ ਸਿਆਣੇ ਪੱਤਰਕਾਰ ਨੇ ਵਿੱਚ ਉਹੋ ਜਿਹੇ ਸਿਆਣੇ ਬੰਦਿਆਂ ਨੂੰ ਇਹਨਾਂ ਨੇ ਬਿਨੇ ਪੁੱਛੇ ਤੋਂ ਲਾਂਭੇ ਕਰਤਾ ਤੇ ਤੁਸੀਂ ਕੀ ਉਮੀਦ ਰੱਖ ਸਕਦੇ ਜੇ ਇਹਨਾਂ ਤੋਂ ਵੀ ਇਹ ਕੰਮ ਚੰਗਾ ਹੋਊਗਾ ਮੈਂ ਕਹਿੰਦਾ ਵੀ ਇਹ ਸਾਰਾ ਇਹਨਾਂ ਦਾ ਕੰਮ ਖਤਮ ਹੋ ਜਾਣਾ ਦਿੱਲੀ ਵਾਲੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕੋਈ ਐਸੀ ਚਿਹਰਾ ਅੱਗੇ ਆਵੇ ਤਾਂ ਕਿ ਉਹਨਾਂ ਦੀਆਂ ਮਤਲਬ ਐਸੀ ਚਿਹਰੇ ਨੂੰ ਵਰਤਿਆ ਜਾਵੇ ਰਾਜਨੀਤਿਕ ਤੌਰ ਤੇ ਵਰਤਿਆ ਜਾਵੇ ਤਾਂ ਕਿ ਉਹਨਾਂ ਦੀ ਪਾਰਟੀ ਨੂੰ ਫਾਇਦਾ ਮਿਲੇ ਸ਼ਾਇਦ ਇਸੇ ਕਰਕੇ ਚੀਮਾ ਸਾਹਿਬ ਨੂੰ ਉਹਨਾਂ ਨੇ ਚੁਣਿਆ ਕੀ ਇਹ ਸੱਚ ਹੈ ਬਿਲਕੁਲ ਨਹੀਂ ਉਹ ਚਾਹੁੰਦੇ ਕਿ ਜਿਹੜਾ ਉਹਨਾਂ ਦੀ ਹਾਂ ਚ ਆਮ ਲਾਵੇ ਜਿਹੜਾ ਉਹਨਾਂ ਦੀ ਹਾਂ ਚ ਆਮ ਲਾਵੇ ਉਹਨੂੰ ਅੱਗੇ ਲਿਆਉਂਦੇ ਨੇ ਜਿਹੜਾ ਉਹਨਾਂ ਦੀ ਗੱਲ ਨਹੀਂ ਮੰਨਦਾ ਉਹਨੂੰ ਉਹ ਪਾਸੇ ਕਰ ਦਿੰਦੇ ਆ ਖਹਿਰਾ ਸਾਹਿਬ ਥੋੜੀ ਜਿਹੀ ਲੱਗੇ ਸੀ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਪਹਿਲਾਂ ਪਤਾ ਨਹੀਂ ਸੀ ਕਿ ਇਹ ਕੇਜਰੀਵਾਲ ਕੀ ਚੀਜ਼ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ ਜਿਹੜਾ ਕੇਜਰੀਵਾਲ ਹੀ ਆ ਇਹਨੇ ਇਹਨਾਂ ਦਾ ਜਿਹੜਾ ਅੰਦੋਲਨ ਸ਼ਿਕਾਇਤ ਕੀਤਾ ਆ ਤੇ ਇਹਨੇ ਉਹਨੂੰ ਵੀ ਧੋਖਾ ਦਿੱਤਾ ਤੇ ਪੰਜਾਬ ਨੂੰ ਧੋਖਾ ਦਊਗਾ ਲੋਕ ਹੁਣ ਨਹੀਂ ਉਹਦੀ ਚਾਲਾਂ 'ਚ ਜਾਣਗੇ ਤੇ ਮੈਨੂੰ ਲੱਗਦਾ ਹੈ ਕਿ ਖਹਿਰਾ ਸਾਹਿਬ ਨੂੰ ਇੱਥੋਂ ਸਮਰਥਨ ਕੁਛ ਨਾ ਕੁਛ ਮਿਲੂਗਾ ਔਰ ਕੀ ਆਉਣ ਵਾਲੇ ਸਮੇਂ ਵਿੱਚ ਤੀਸਰਾ ਬਦਲ ਪੰਜਾਬ ਦੇ ਵਿੱਚ ਕੋਈ ਹੋਰ ਹੋ ਸਕਦਾ ਹੈ ਆਮ ਆਦਮੀ ਪਾਰਟੀ ਤੋਂ ਅਲੱਗਾ ਨਹੀਂ ਮੈਂ ਨਹੀਂ ਸਮਝਦਾ ਕੋਈ ਹੋਵੇਗਾ ਜੀ ਨਹੀਂ ਹੋਵੇਗਾ ਕਿਸ ਤਰ੍ਹਾਂ ਕਹਿ ਸਕਦੇ ਹੋ ਤੁਸੀਂ ਮਤਲਬ ਖਹਿਰਾ ਸਾਹਿਬ ਦੇ ਨਾਲ ਤਾਂ ਦੱਸਿਆ ਜਾ ਰਿਹਾ ਅੰਦਾਜ਼ੇ ਲਾ ਰਹੇ ਆ ਜੋ ਸੂਤਰਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਦੇ ਨਾਲ 10 ਤੋਂ 12 ਵਿਧਾਇਕ ਨਾਲ ਨੇ ਬਿਲਕੁਲ ਨਾਲ ਨੇ ਪਰ ਗੱਲ ਆ ਵੀ ਜਿਹੜਾ ਕਦੀ ਕੁਛ ਕਰ ਦਿੰਦੇ ਆ ਕਦੀ ਕੁਛ ਕਰ ਦਿੰਦੇ ਜਾਂ ਤਾਂ ਜੇ ਤਾਂ ਖਹਿਰਾ ਸਾਹਿਬ ਨੇ ਪੂਰਾ ਸਟੈਂਡ ਲੈ ਲਿਆ ਸਟੈਂਡ ਲੈ ਕੇ ਲੋਕਾਂ ਦੇ ਕੰਮ ਕਰਨਗੇ ਤੇ ਫਿਰ ਹੋ ਸਕਦਾ ਲੋਕ ਸਿਆਣੇ ਆ ਲੋਕੀ ਤਾਂ ਚਾਹੁੰਦੇ ਇੱਕ ਬਦਲ ਪਾ ਲੈਂਦੇ ਨੇ ਨਾ ਤਾਂ ਲੋਕੀ ਅਕਾਲੀਆਂ ਨੂੰ ਪਸੰਦ ਕਰਦੇ ਆ ਤੇ ਨਾ ਲੋਕ ਕਾਂਗਰਸ ਨੂੰ ਕੈਪਟਨ ਸਾਹਿਬ ਨੇ ਕਿਹੜਾ ਕੋਈ ਤੁਹਾਡੇ ਸਾਹਮਣੇ ਕੋਈ ਚੰਗਾ ਕੰਮ ਕਰ ਦਿੱਤਾ ਤੇ ਇਸ ਕਰਕੇ ਲੋਕ ਤਾਂ ਚਾਹੁੰਦੇ ਆ ਹੋ ਸਕਦਾ ਜੇ ਚੰਗਾ ਕੰਮ ਕਰਨਗੇ ਤੇ ਲੋਕ ਤਾਂ ਪਾਲਦੇ ਫਿਰਦੇ ਕੋਈ ਬਦਲ ਸੰਧੂ ਸਾਹਿਬ ਇਹ ਵੀ ਦੱਸੋ ਕਿ ਮਤਲਬ ਖਹਿਰਾ ਸਾਹਿਬ ਨੇ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਮਤਲਬ ਵੱਧ ਰਿਹਾ ਸੀ ਹੋਰ ਬਹੁਤ ਸਾਰੇ ਉਹਨਾਂ ਨੇ ਬਿਆਨ ਕੀਤੇ ਨੇ ਕਿ ਉਸ ਦੀ ਇਹਨਾਂ ਨੂੰ ਇਹ ਸਜ਼ਾ ਮਿਲੀ ਕਿ ਉਹਨਾਂ ਨੂੰ ਪਾਰਟੀ ਤੋਂ ਮਤਲਬ ਵਿਰੋਧੀ ਧਿਰ ਦੇ ਨੇਤਾ ਤੋਂ ਲਾਂਭੇ ਕਰ ਦਿੱਤਾ ਗਿਆ ਇਹ ਤਾਂ ਪਾਰਟੀ ਦੱਸ ਸਕਦੀ ਹੈ ਜੀ ਹਾਂਜੀ ਲੋਕੀ ਤਾਂ ਸੋਚਦੇ ਵੀ ਸ਼ਾਇਦ ਇਹੋ ਕੀਤਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਚੁੱਕੇ ਨੇ ਕੀ ਇਨਾਮ ਮਿਲਿਆ ਉਹਨਾਂ ਨੂੰ ਪਰ ਇਹੋ
ਕਿਹਾ ਜਾ ਸਕਦਾ ਜੀ। ਸਾਡੇ ਨਾਲ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸਰਦਾਰ ਜਸਵੰਤ ਸਿੰਘ ਸੰਧੂ ਸਾਹਿਬ NRI ਜੁੜੇ ਸਨ, ਜਿਹੜੇ ਕਿ ਵਕਤ ਵਕਤ ਸਾਡੇ ਨਾਲ ਜੁੜੇ ਰਹਿੰਦੇ ਨੇ। ਲੇਕਿਨ ਸੰਧੂ ਸਾਹਿਬ ਜਾਂਦੇ ਜਾਂਦੇ ਇੱਕ ਕਮੈਂਟ ਲੈਣਾ ਚਾਹੁੰਦਾ ਹੈ ਕਿ ਅੱਜ ਦੀ ਜਿਹੜੀ ਕਾਨਫਰੰਸ ਹੈ ਆਉਣ ਵਾਲੇ ਸਮੇਂ ਵਿੱਚ ਕੀ ਭਵਿੱਖ ਤੈਅ ਕਰੇਗੀ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ? ਮੈਂ ਜੇ ਇਹਨਾਂ ਨੇ ਪੂਰੇ ਸਟੈਂਡ ਨਾਲ ਕੰਮ ਕੀਤਾ ਖਹਿਰਾ ਸਾਹਿਬ ਨਾਲ, ਇਹਦੇ ਨਾਲ ਸਿਆਣੇ ਬੰਦੇ ਆ ਬਿਲਕੁਲ, ਮੈਂ ਸਮਝਦਾ ਇਹਨਾਂ ਦਾ ਫਿਊਚਰ ਚੰਗਾ ਹੈ, ਮਾੜਾ ਨਹੀਂ ਹੋਊਗਾ। ਮਤਲਬ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਇਹਨਾਂ ਦਾ ਫਿਊਚਰ ਬਣੇਗਾ ਨਹੀਂ ਹੁਣ? ਉਹ ਤਾਂ ਜੀ ਗੱਲ ਹੈ, ਹੁਣ ਹਾਂ ਧਿਆਨ ਤਾਂ ਉਹਨਾਂ ਦੀ ਮਿਲਾ ਨਹੀਂ ਸਕਦੇ, ਜੇ ਹੁਣ ਇਹ ਹਾਂ ਝਾਂ ਮਿਲਾਉਣਗੇ ਤੇ ਵੀ ਖਤਮ ਹੋ ਜਾਣਗੇ ਜੀ। ਜੇ ਕੇਜਰੀਵਾਲ ਦੀ ਹਾਂ ਝਾਂ ਮਿਲਾਉਣਗੇ ਵੀ ਖਤਮ ਹੋ ਜਾਣਗੇ, ਖਤਮ ਤਾਂ ਇਹਨਾਂ ਨੂੰ ਕਰ ਹੀ ਦਿੱਤਾ। ਕਿ ਪੰਜਾਬ ਦੀ ਆਵਾਮ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੀ ਹੈ? ਮਹਾਰਾਜ ਤੁਹਾਡੇ ਸਾਹਮਣੇ ਬਾਹਰੋਂ ਵੀ ਪ੍ਰਤੀਕਰਮ ਆ ਰਹੇ ਨੇ ਤੇ ਇੱਥੋਂ ਵੀ ਲੋਕਾਂ ਦੇ ਆ ਰਹੇ ਨੇ, ਲੋਕ ਚਾਹੁੰਦੇ ਨੇ ਕਿ ਜਿਹੜੇ ਪੰਜਾਬ ਦੇ ਵਾਸਤੇ ਆਵਾਜ਼ ਲੋਕ ਉਠਾਉਂਦੇ ਨੇ, ਜਿਹੜੀ ਪੰਜਾਬ ਦਾ ਭਲਾ ਚਾਹੁੰਦੇ ਆ, ਉਹਨਾਂ ਦੇ ਨਾਲ ਤੁਰੀਏ ਜੀ। ਤੇ ਇਸ ਕਰਕੇ ਜੇ ਇਹ ਲੋਕ ਪੰਜਾਬ ਦਾ ਭਲਾ ਚਾਹੁੰਣਗੇ, ਕਮਲ ਸੰਧੂ ਵਰਗੇ ਬੰਦੇ ਨਾਲ ਨੇ, ਜੇ ਚੰਗਾ ਕੰਮ ਕਰਨਗੇ ਲੋਕਾਂ ਨਾਲ ਤੁਰਨਗੇ, ਲੋਕੀ ਤਾਂ ਬਦਲ ਪਾ ਲੈਣੇ ਕੋਈ ਚੰਗਾ ਮਿਲੇ। ਸੋ ਸੰਧੂ ਸਾਹਿਬ ਵਾਕਈ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਕਿਉਂਕਿ ਤੁਸੀਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਕਿੱਧਰ ਜਾਏਗਾ, ਔਰ ਖਾਸ ਕਰਕੇ ਅੱਜ ਦੀ ਜਿਹੜੀ ਕਾਨਫਰੰਸ ਹੈ ਉਹ ਸੁਖਪਾਲ ਸਿੰਘ ਖਹਿਰਾ ਦੇ ਭਵਿੱਖ ਨੂੰ ਤੈਅ ਕਰੇਗੀ ਕਿ ਅਸਲ ਵਿੱਚ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਕੀ ਭਵਿੱਖ ਹੈ। ਖੈਰ ਅੱਜ ਹੀ ਪਤਾ ਲੱਗ ਜਾਏਗਾ ਔਰ ਕਿਹੜੇ ਕਿਹੜੇ MLA ਉਹਨਾਂ ਦੇ ਨਾਲ ਨੇ। ਔਰ ਦੂਸਰੇ ਪਾਸੇ ਦੋਸਤੋ, ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਸੱਚਮੁੱਚ ਅੱਜ ਤੱਕ ਪੰਜਾਬ ਦੇ ਲੋਕਾਂ ਨਾਲ ਜਦੋਂ ਵੀ ਹੋਇਆ ਅਤੇ ਵਿਸ਼ਵਾਸਘਾਤ ਹੋਇਆ, ਜਿਸ ਵੀ ਪਾਰਟੀ ਨੂੰ ਆਪਣਾ ਹਮਾਇਤੀ ਸਮਝਦੇ ਸੀ, ਜਿਸ ਵੀ ਪਾਰਟੀ ਨੂੰ ਚਾਹੁੰਦੇ ਸੀਗੇ ਕਿ ਮਤਲਬ ਆਏਗੀ ਔਰ ਸਾਡਾ ਸੁਧਾਰ ਹੋਏਗਾ, ਉਸੇ ਨੇ ਹੀ ਇਸ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਧੋਖਾ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। For all updated news, please subscribe Avon News and click the bell icon.